फाजिलका के गांव रामपुरा में बीएसएफ की 66 बटालियन के मुख्यालय में आज मनाया गया राष्ट्रीय संविधान दिवस आयोजित की गई प्रेस कॉन्फ्रेंस। फाजिलका के गांव रामपुरा में स्थित 66 बटालियन बीएसएफ के मुख्यालय में आज राष्ट्रीय संविधान दिवस मनाया गया। इस मौके पर बीएसएफ के जवानों ने संविधान की रक्षा करने की शपथ ग्रहण की। इसके साथ ही यहां पर बीएसएफ अधिकारियों द्वारा प्रेस कॉन्फ्रेंस भी आयोजित की गई। जानकारी देते हुए बीएसएफ के अधिकारी एमएस रंधावा ने बताया कि बीएसएफ द्वारा सीमा पर देश की रक्षा की जा रही है। उन्होंने कहा कि जोखिम भरे माहौल में बीएसएफ के जवानों द्वारा ड्यूटी की जा रही है और देश को दुश्मनों से बचाया जा रहा है। मुख्य उद्देश्य है कि भारतीय संविधान जो कि 26 नवंबर 1949 को प्रवट में आया था और 1950 में लागू हुआ था, हमारे जो संविधान निर्मित करने वाले थे सर डॉक्टर भीमराव अम्बेडकर, उनकी बर्थ एनिवर्सरी के उपलक्ष्य में 2015 में भारतीय गवर्नमेंट ने इसको लगातार मनाने का शुरुआत की है। जैसे आप सभी जानते हैं कि भारतीय संविधान विश्व का एक बड़ा संविधान है जो लिखित रूप में मिलता है, बाकी कहीं भी लिखित रूप में संविधान नहीं है। मैं अभी भारतीय संविधान का जो प्रिंबल है उसको पढ़ूंगा, आप मेरे साथ में उसको उच्चारण करेंगे। पढ़ी सदा हम भारत के लोग भारत को संपूर्ण प्रभुत्व संपन्न समाजवादी पंथ निरपेक्ष लोकतंत्रात्मक गणराज्य बनाने के लिए तथा उसके समस्त नागरिकों को सामाजिक आर्थिक और राजनीतिक न्याय विचार अभिव्यक्ति विश्वास धर्म और उपासना की स्वतंत्रता और अवसर की समता प्राप्त करने के लिए तथा उन सब में व्यक्ति की गरिमा और राष्ट्र की एकता और अखंडता सुनिश्चित करने वाली बंधुता बढ़ाने के लिए दृढ़ संकल्प होकर अपनी इसी संविधान सभा में उल्लेख किया गया है। थैंक यू, धन्यवाद। किस विषय से जुड़ी ये प्रेस कॉन्फ्रेंस सदी गई है? ਵੀਰ ਅਸੀਂ ਆਪਣੇ ਬੀ ਐਸ ਐਫ ਜਿਹੜੀ 1965 ਬਣਾਈ ਸੀ ਅਸੀਂ, ਅਤੇ ਹੁਣ ਚੂੰਕਿ ਤੁਹਾਨੂੰ ਪਤਾ ਕਿ ਹੁਣ ਦਸੰਬਰ ਦੁਬਾਰਾ ਆਉਣਾ ਚਾਹੁੰਦਾ ਆ ਰਿਹਾ ਹੈ ਸਾਡੇ ਕੋਲ, ਅਤੇ ਸਾਡੇ ਹਾਇਰ ਹੈੱਡਕੁਆਟਰ ਵੱਲੋਂ ਡੀ ਜੀ ਸਾਹਿਬ ਵੱਲੋਂ ਆਦੇਸ਼ ਮਿਲੇ ਸੀ ਸਾਨੂੰ ਕਿ ਅਸੀਂ ਆਊਟਰੀਚ ਜਾਈਏ ਮੀਡੀਆ ਨੂੰ ਅਤੇ ਦੇਸ਼ ਦੀ ਜਨਤਾ ਨੂੰ ਪਤਾ ਚੱਲੇ ਕਿ ਬੀ ਐਸ ਐਫ ਕੀ ਕਰਦੀ ਪਈ ਆ, ਤਾਂ ਕਿ ਕਈ ਹੈਗੇ ਆ ਜਿਨ੍ਹਾਂ ਨੂੰ ਆਹ ਨਹੀਂ ਪਤਾ ਹੁੰਦਾ ਕਿ ਬੀ ਐਸ ਐਫ ਐਕਚੁਅਲ 'ਚ ਕਰਦੀ ਕੀ ਪਈ ਹੈ। ਲੋਕ ਕਨਫਿਊਜ਼ ਰਹਿੰਦੇ ਨੇ ਸਾਨੂੰ ਮੇਨ ਡਿਫੈਂਸ ਫੋਰਸਿਸ ਦੇ ਨਾਲ, ਅਤੇ ਜਿਹੜੇ ਅਸੀਂ ਵੇਰੀਅਸ ਪ੍ਰੋਗਰਾਮ ਸਾਨੂੰ ਉੱਤੋਂ ਆਦੇਸ਼ ਮਿਲੇ ਆ ਉਹਨਾਂ 'ਚ ਇੱਕ ਪ੍ਰੋਗਰਾਮ ਆ ਹੈਗਾ ਵਾ ਕਿ ਜਿਹਦੇ 'ਚ ਅਸੀਂ ਜਨਤਾ ਨੂੰ ਆਹ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿ ਬੀ ਐਸ ਐਫ ਦਾ ਕੀ ਰੋਲ ਹੈ, ਕਿਵੇਂ ਬਣੀ ਹੈ, ਅਤੇ ਇਸ ਲਈ ਅਸੀਂ ਅੱਡ ਅੱਡ ਤਰ੍ਹਾਂ ਦਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ, ਬੱਚਿਆਂ ਨੂੰ ਲਿਆਉਣ ਰਹੇ ਹਾਂ, ਦਿਖਾਉਣ ਰਹੇ ਹਾਂ, ਹਥਿਆਰਾਂ ਦੀ ਪ੍ਰਦਰਸ਼ਨੀ ਆ ਉਹ ਕਰ ਰਹੇ ਹਾਂ, ਅਤੇ ਬੇਸਿਕਲੀ ਇੱਕ ਇੰਟਰੈਕਸ਼ਨ ਹੈ ਤਾਂ ਕਿ ਲੋਕਾਂ ਨੂੰ ਸਾਡੀ ਜਿਹੜੀ ਸੇਵਾਵਾਂ ਅਸੀਂ ਦੇਣ ਰਹੇ ਹਾਂ ਦੇਸ਼ ਦੇ ਪ੍ਰਤੀ ਸਾਡੇ ਜਵਾਨ ਦਿੰਦੇ ਪਏ ਆ ਉਹ ਅਸੀਂ ਦੱਸ ਦਿੰਦੇ ਹਾਂ। ਸਰ ਕਿੰਨੀ ਕੁ ਟਫ ਜੋਬ ਹੈ ਜਿਹੜੀ ਇਹ ਸਰਹੱਦਾਂ 'ਤੇ ਰਹਿਣਾ ਅਤੇ ਟੈਂਪਰੇਚਰ ਦੇ ਅਕੋਰਡਿੰਗ ਕਿਸ ਤਰ੍ਹਾਂ ਜੋਬ ਸਮਝਦੇ ਹੋ? ਦੇਖੋ ਜੀ, ਟਫ ਤਾਂ ਹੈਗੀ ਆ, ਸਭ ਤੋਂ ਵੱਡਾ ਟਫ ਕੰਮ ਤਾਂ ਦੇਖੋ ਘਰਦਿਆਂ ਤੋਂ ਦੂਰ ਰਹਿ ਕੇ ਕੰਮ ਕਰਨਾ ਹੈਗਾ, ਠੀਕ ਨਾ, ਬਟ ਮੈਂਟਲੀ ਸਾਡਾ ਜਵਾਨ ਸਾਡਾ ਐਸ ਓ ਸਾਡਾ ਅਫਸਰ ਇੰਨਾ ਸਟਰੋਂਗ ਹੁੰਦਾ ਵਾ ਕਿ ਉਹ ਪਿੱਛੇ ਘਰ ਦੇ ਜਿਹੜੀ ਚਿੰਤਾ ਉਹਨੂੰ ਛੱਡ ਕੇ ਜੀ ਜਾਣ ਲਗਾ ਕੇ ਮਿਹਨਤ ਨਾਲ, ਤੁਹਾਨੂੰ ਤੁਸੀਂ ਦੇਖਿਆ ਹੀ ਹੋਣਾ ਵਾ ਕਈ ਵਾਰੀ ਬਾਰਡਰ 'ਤੇ ਸਤਰਕ ਰਹਿੰਦਾ ਵਾ ਅਤੇ ਕੰਮ ਕਰਨਾ ਜੀ।
ਗੁਆਂਢੀ ਮੁਲਕ ਪਾਕਿਸਤਾਨ ਦੀਆਂ ਹਰਕਤਾਂ ਵੀ ਅਕਸਰ ਦੇਖਣ ਨੂੰ ਮਿਲਦੀਆਂ ਨੇ, ਕਿਸ ਤਰ੍ਹਾਂ ਦੀ ਮੁਸਤੈਦੀ ਰਹਿੰਦੀ ਹੈ, ਕਿਸ ਤਰ੍ਹਾਂ ਦੀ ਮਤਲਬ ਟਾਰਗੇਟ ਰਹਿੰਦਾ ਹੈਗਾ, ਟਾਸਕ ਰਹਿੰਦੀ? ਦੇਖੋ ਜੀ, ਜਿਹੜਾ ਸਾਡਾ ਵੈਸਟਰਨ ਬਾਰਡਰ ਹੈ, ਨੋ ਡਾਊਟ, ਭਲੇ ਵੈਸਟਰਨ ਜਾਂ ਈਸਟਰਨ ਆ, ਬੀ ਐਸ ਐਫ ਹਰ ਜਗ੍ਹਾ ਸੱਚੇ ਤੇ, ਹਾਂ ਇੱਥੇ ਕੰਡੀਸ਼ਨ ਅੱਡ ਆ, ਅਤੇ ਇੱਥੇ ਦੀ ਕੰਡੀਸ਼ਨ ਦੇ ਹਿਸਾਬ ਨਾਲ ਜੋ ਵੀ ਸਾਡਾ ਐਕਸ਼ਨ ਹੁੰਦਾ ਵਾ, ਜਿਹੋ ਜਿਹਾ ਸਾਨੂੰ ਆਦੇਸ਼ ਮਿਲਦੇ ਆ, ਜਿਹੋ ਜਿਹੀ ਸਥਿਤੀ ਹੁੰਦੀ ਹੈ, ਜਿਹੋ ਜਿਹਾ ਇੱਕ ਮਾਹੌਲ ਹੈਗਾ ਵਾ, ਉਸ ਹਿਸਾਬ ਨਾਲ ਜੋ ਵੀ ਸਾਡੇ ਨਿਯਮ ਹੈ ਉਹਦੇ ਅੰਦਰ ਰਹਿ ਕੇ ਅਸੀਂ ਕੰਮ ਕਰਦੇ ਹਾਂ। ਜੇ ਹੁਣ ਤੱਕ ਦੀ ਗੱਲ ਕਰੀਏ ਤਾਂ ਕਿੰਨਾ ਕੁ ਨਸ਼ਾ ਜਿਹੜਾ ਹੈ ਪਾਕਿਸਤਾਨ ਤੋਂ ਆਪਾਂ ਬੀ ਐਸ ਐਫ ਵੱਲੋਂ ਕਵਰ ਕਰ ਲਿਆ ਗਿਆ ਤੁਹਾਡੀ ਬਟਾਲੀਅਨ? ਅਸੀਂ ਜਿਹੜੀ ਦੇਖੋ ਜੀ 66 ਬਟਾਲੀਅਨ ਆਪਾਂ ਜਿਹੜੀ ਇੱਥੇ ਹੈਗੀ ਹੈ ਜੀ, ਆਹ ਹੁਣ ਜੁਲਾਈ 'ਚ ਇੱਥੇ ਆਈ ਹੈ, ਉਹਦੇ ਬਾਅਦ ਇਹਨੇ ਹੁਣ ਲਗਭਗ 8.5 ਕਿਲੋ 8 ਕਿਲੋ ਅਤੇ 840 ਗ੍ਰਾਮ ਦੇ ਲਗਭਗ ਅਸੀਂ ਮੌਸਮ ਬੇਸ ਦੇ ਇਲਾਕੇ 'ਚੋਂ ਫੜਿਆ ਸੀ ਅਸੀਂ, ਅਤੇ ਹੌਲੀ ਹੌਲੀ ਚੂੰਕਿ ਨਵੀਂ ਯੂਨਿਟ ਹੈ, ਜਵਾਨ ਵੀ ਐਡਜਸਟ ਹੋਣ ਡੇ ਹਾਂ, ਅਸੀਂ ਸਮਝਣ ਡੇ ਹਾਂ ਇੱਥੇ ਦੇ ਟਰੇਨ ਨੂੰ, ਜਵਾਨ ਸਮਝਦਾ ਪਿਆ ਵਾ, ਅਤੇ ਹੌਲੀ ਹੌਲੀ ਅਸੀਂ ਹੁਣ ਆਉਣ ਡੇ ਹਾਂ ਗੇਟ 'ਤੇ ਆਉਂਦੇ ਪਏ। ਸਮਾਜ ਸੇਵੀ ਇਸ ਕੰਮਾਂ ਦੇ ਵਿੱਚ ਕਿਹੜੇ ਕਿਹੜੇ ਕੰਮ ਜਿਹੜੀ ਬੀ ਐਸ ਐਫ ਕਰ ਰਹੀ ਹੈ ਜੀ ਇਸ ਨੈਸ਼ਨਲ ਸਿਕਿਉਰਿਟੀ ਦੇ ਨਾਲ ਨਾਲ? ਜੀ ਸਾਡਾ ਖੁਦ ਦਾ ਆਪਣਾ ਜਿਹੜਾ ਮਾਰਟੀਅਰਸ ਦੀ ਫੈਮਿਲੀ ਹੈ, ਅਸੀਂ ਉਹਦੀ ਧਿਆਨ ਰੱਖਦੇ ਹਾਂ, ਜੇ ਵੀ ਸਾਨੂੰ ਉੱਤੋਂ ਆਦੇਸ਼ ਮਿਲਦਾ ਵਾ ਉਹਨਾਂ ਦਾ ਪਰਿਵਾਰ ਦਾ ਰੱਖ ਕੇ ਲੈ, ਕੰਪੈਸ਼ਨਟ ਗਰਾਊਂਡ 'ਤੇ ਅਸੀਂ ਉਹਨਾਂ ਨੂੰ ਭਰਤੀ ਸਾਡੇ ਹੁੰਦੀ ਆ, ਜੋ ਵੀ ਲੈਣਾ ਚਾਹੇ ਅਗਰ, ਅਤੇ ਆਹ ਸਭ ਕੁਛ ਹੈਗਾ ਜੀ। ਅਤੇ ਜੀ ਸਾਨੂੰ ਜਿਸ ਤਰ੍ਹਾਂ ਇੰਸਟਰਕਸ਼ਨਸ ਉੱਤੋਂ ਆਉਂਦੀਆਂ ਵਾ, ਅਤੇ ਸੰਵਿਧਾਨ ਦੇ ਪ੍ਰਤੀ ਆਸਥਾ ਸਾਰਿਆਂ ਦੀ ਹੈ, ਨਾਲੇ ਸਾਨੂੰ ਸਹੁੰ ਚੁੱਕੀ ਜਾਂਦੀ ਹੈ ਕਿ ਅਸੀਂ ਜਿਹੜਾ ਵੀ ਕੰਮ ਕਰਾਂਗੇ ਵਿਦਿਨ ਸੰਵਿਧਾਨ ਦੇ ਜਿਹੜੇ ਨਿਯਮ ਨੇ ਉਹਦੇ ਅੰਦਰ, ਸੰਵਿਧਾਨ ਦੇ ਅੰਦਰ ਰਹਿ ਕੇ ਅਸੀਂ ਕੰਮ ਕਰਾਂਗੇ, ਇਹਦੇ ਅਸੀਂ ਸਹੁੰ ਚੁੱਕਦੇ ਹਾਂ ਅਤੇ ਫਿਰ ਅਸੀਂ ਉਹਨੂੰ ਅਮਲ 'ਚ ਲਾਉਂਦੇ ਹਾਂ ਜੀ। ਇਸ ਤੋਂ ਬਾਅਦ ਬਾਰਡਰ 'ਤੇ ਵਿਜ਼ਿਟ ਕੀਤੀ ਜਾਣੀ ਹੈ, ਉੱਥੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਰੱਖਿਆ ਗਿਆ ਹੈਗਾ? ਉੱਥੇ ਜੀ ਤੁਹਾਨੂੰ ਪਤਾ ਚੱਲੇਗਾ ਕਿ ਜਿਹੜਾ ਸਾਡਾ ਜਵਾਨ ਹੈ, ਜਿਹੜੀ ਸਾਡੀ ਪਲਾਟੂਨ ਜਾਂ ਕੰਪਨੀ ਉੱਥੇ ਡਿਪਲਾਇਡ ਹੁੰਦੀ ਹੈ, ਕਿਹੋ ਜਿਹੇ ਕੰਮਾਂ 'ਚ ਕਿਹੜੇ ਟਫ ਟਰੇਨ 'ਚ ਅਤੇ ਮੌਸਮ 'ਚ ਰਹਿ ਕੇ ਕੰਮ ਕਰਦੀ ਹੈ, ਤਾਂ ਕਿ ਦੇਖੋ ਤੁਸੀਂ ਜੀ ਸਾਡੇ ਅੱਖ ਅਤੇ ਕੰਨ ਹੋ ਜਿਹਦੇ ਥਰੂ ਅਸੀਂ ਲੋਕਾਂ ਦੇ ਵਿੱਚ ਜਾਂਦੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹ ਦਿਖਾਓ ਕਿ ਸਾਡਾ ਜਵਾਨ ਕਿਵੇਂ ਸਤਰਕ ਹੋ ਕੇ ਉੱਥੇ ਖੜਾ ਵਾ, ਤਾਂ ਕਿ ਜਿਹੜੇ ਅੰਦਰ ਦੇਸ਼ ਦੇ ਅੰਦਰ ਜਨਤਾ ਉਹ ਆਰਾਮ ਨਾਲ ਆਪਣਾ ਕੰਮ ਕਰਦੀ ਹੈ। ਲੋਕਾਂ ਦੇ ਨਾਲ ਜਦੋਂ ਤੁਸੀਂ ਮੁਲਾਕਾਤ ਕਰਦੇ ਹੋ ਉਦੋਂ ਕਿਸ ਤਰ੍ਹਾਂ ਦੇ ਵਿਚਾਰ ਰਹਿੰਦੇ ਨੇ? ਦੇਖੋ ਜੀ, ਵਿਚਾਰ ਤਾਂ ਲੋਕਾਂ ਨੂੰ ਜੇ ਅਸੀਂ ਮਿਲਦੇ ਹਾਂ, ਸਾਨੂੰ ਤਾਂ ਆਪਣੇ ਫੈਮਿਲੀ ਮੈਂਬਰ ਹੀ ਲੱਗਦੇ ਆ ਜੀ, ਕਿਉਂਕਿ ਉਹਨਾਂ ਲਈ ਅਸੀਂ ਉੱਥੇ ਖੜੇ ਹੋਏ ਹਾਂ, ਸਰਹੱਦਾਂ 'ਤੇ ਖੜੇ ਹੋਏ ਹਾਂ, ਅਤੇ ਸਾਨੂੰ ਤਾਂ ਆਪਣੇ ਫੈਮਿਲੀ ਬੀ ਐਸ ਐਫ ਦੇ ਫੈਮਿਲੀ ਮੈਂਬਰ ਹੀ ਲੱਗਦੇ ਆ, ਅਤੇ ਸਾਨੂੰ ਬੜਾ ਪਿਆਰ ਵੀ ਮਿਲਦਾ ਉਹਨਾਂ ਤੋਂ। ਕਹਿੰਦੇ ਆ ਕਿ ਜਿਹੜੇ ਸਰਹੱਦੀ ਇਲਾਕੇ ਦੇ ਲੋਕ ਹੁੰਦੇ ਆ ਉਹ ਵੀ ਕਾਫੀ ਦਲੇਰ ਹੁੰਦੇ ਆ, ਬੀ ਐਸ ਐਫ ਦੇ ਨਾਲ ਖੜਦੇ ਆ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ ਜੀ, ਆਹ ਤਾਂ ਵਧੀਆ ਫੋਰਸ ਮਲਟੀਪਲਾਇਰ ਆ ਜੀ ਸਾਡਾ, ਇੱਕ ਜਵਾਨ ਮੰਨ ਲਓ ਇੱਕ ਕੰਪਨੀ 'ਚ ਜਿੰਨੀ ਨਫਰੀ ਹੁੰਦੀ ਆ, ਅਗਰ ਸਾਡਾ ਨਾਲ ਸਾਡੇ ਪਿੰਡ ਦੇ ਅਗਰ ਬੰਦੇ ਖੜੇ ਨੇ ਤਾਂ ਉਹ ਤਾਂ ਸਾਡੇ ਲਈ ਵਧੀਆ ਜੀ, ਉਹ ਤਾਂ ਸਾਡੀ ਹੈਲਪ ਹੀ ਕਰਦੇ ਪਏ ਆ ਏਰੀਆ ਨੂੰ ਡੋਮੀਨੇਟ ਕਰਨ ਲਈ, ਅਤੇ ਜਿਹੜੇ ਵੀ ਐਂਟੀ ਸੋਸ਼ਲ ਐਲੀਮੈਂਟ ਸੀ ਉਹਨਾਂ ਨੂੰ ਫੜਨ ਲਈ। ਅਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦੇ ਨਾਲ ਹੁਣ ਸੁਰੱਖਿਆ ਜਿਹੜੀ ਹੈ ਵਧਾਈ ਗਈ ਹੈ, ਚੌਕਸੀ ਵਧਾਈ ਗਈ ਹੈ, ਕਿਸ ਤਰ੍ਹਾਂ ਦੇਖਦੇ ਹੋ ਬਾਰਡਰ ਦੀ ਸੁਰੱਖਿਆ? ਜੀ ਦੇਖਿਓ ਜੀ, ਜਿਹੜੀ ਬੀ ਐਸ ਐਫ ਹੈ ਜੀ, ਆਹ 12 ਦੇ 12 ਮਹੀਨੇ 24 ਦੇ 24 ਘੰਟੇ 24x7 ਇਹਦੀ ਜਿਹੜੀ ਸਿਕਿਉਰਿਟੀ ਦਾ ਲੇਵਰ ਹੈ ਹਮੇਸ਼ਾ ਟੌਪ 'ਤੇ ਹੁੰਦਾ ਵਾ, ਕਦੀ ਘੱਟ ਅਤੇ ਕਦੀ ਵੱਧ ਨਹੀਂ ਹੁੰਦਾ ਵਾ, ਅਤੇ ਹਮੇਸ਼ਾ ਅਸੀਂ ਸਤਰਕ ਰਹਿੰਦੇ ਹਾਂ ਜੀ। ਪੰਜਾਬ ਬੀ ਐਸ ਐਫ ਸ਼ਹਿਰ ਦੇ ਵਿੱਚ ਸੁਰੱਖਿਆ ਕਰ ਰਹੀ ਹੈ, ਇਹਨੂੰ ਲੈ ਕੇ ਕੀ ਕਹੋ? ਜੀ ਦੇਖੋ, ਐਮ ਐਚ ਏ ਤੋਂ ਆਰਡਰ ਨਿਕਲੇ ਆ, ਆਹ ਤਾਂ ਸਰਕਾਰ ਦੀ ਪੋਲਸੀ ਆ, ਅਤੇ ਮੇਰਾ ਮੰਨਣਾ ਹੈ ਕਿ ਬਹੁਤ ਹੀ ਵਧੀਆ ਆਰਡਰ ਨਿਕਲਿਆ ਵਾ ਇਹਦੇ 'ਚ, ਬਹੁਤ ਵਧੀਆ ਰਹੇਗਾ ਕਿ ਅਗਰ ਅਸੀਂ ਪੁਲਿਸ ਨਾਲ, ਜਿੱਥੇ ਹੁਣ ਅਸੀਂ 66 ਬਟਾਲੀਅਨ ਇੱਥੇ ਆਈ ਆ, ਅਸੀਂ ਅਬੋਰ ਵੀ ਬੰਦੇ ਅਸੀਂ ਡੋਮੀਨੇਟ ਕੀਤੇ ਆ ਪੁਲਿਸ ਨਾਲ, ਅਸੀਂ ਤੁਸੀਂ ਵੀ ਦੇਖਿਆ ਹੋਣਾ ਜੁਆਇੰਟ ਪੈਟਰੋਲਿੰਗ ਕੱਢੀ ਆ, ਫਾਜ਼ਿਲਕਾ ਸਿਟੀ 'ਚ ਕੱਢੀ ਆ, ਸਾਡਾ ਇੱਥੇ ਪੁਲਿਸ ਦੇ ਨਾਲ ਬਹੁਤ ਵਧੀਆ ਕੋਆਰਡੀਨੇਸ਼ਨ ਆ, ਸਾਨੂੰ ਬਹੁਤ ਸਾਥ ਮਿਲਣ ਡਿਆ ਵਾ, ਅਤੇ ਅਸੀਂ ਡੋਮੀਨੇਟ ਕਰਨ ਡੇ ਹਾਂ। ਡੋਮੀਨੇਟ ਦੇਖੋ, ਅਲਟੀਮੇਟਲੀ ਸਾਡਾ ਏਮ ਭਾਰਤ ਦੀ ਸੁਰੱਖਿਆ ਵਾ, ਸਾਡੇ ਲਈ ਨੇਸ਼ਨ ਫਸਟ ਆ, ਨੇਸ਼ਨ ਫਸਟ ਦਾ ਤਰੀਕਾ ਸਾਡਾ ਡਿਆ, ਸਟੇਟ ਪੁਲਿਸ ਦਾ ਵੀ ਉਹੀ ਕੰਮ ਆ, ਸਾਡਾ ਵੀ ਉਹੀ ਕੰਮ ਆ, ਅਤੇ ਫੜਨਾ ਅਸੀਂ ਕਾਨੀ ਆ, ਕੋਈ ਸੱਜੇ ਹੱਥੋਂ ਫੜਦਾ ਅਤੇ ਕੋਈ ਖੱਬੇ ਹੱਥੋਂ ਫੜਦਾ, ਠੀਕ ਨਾ, ਅਤੇ ਅਸੀਂ ਵਧੀਆ ਕਰਨ ਡੇ, ਸਾਨੂੰ ਬਹੁਤ ਹੈਲਪ ਮਿਲਦੀ ਪਈ ਆ, ਬਹੁਤ ਹੀ ਵਧੀਆ ਸਾਡੇ 'ਚ ਕੋਆਰਡੀਨੇਸ਼ਨ ਹੈ ਇੱਥੇ, ਅਤੇ ਅਸੀਂ ਡੋਮੀਨੇਟ ਕਰਨ ਡੇ ਇੱਥੇ। ਥੈਂਕ ਯੂ ਸਰ।